ਕਿਤੇ ਸਾਦਾ ਹੀ ਪੜਨਾ ਸਤੈ ਉਸ ਮੈਨੂੰ ਕਹਿੰਦੇ ਸਨ ਕਿ ਸਹਿਬ ਸਾਹਿਬ ਤੁਸੀਂ ਜ਼ਿਕਰ ਨਾ ਜ਼ਰਾ ਸੁਣਾਓ ਔਰ ਜਿਹੜੇ ਲੋਕ ਕਹਿੰਦੇ ਸਨ ਸਾਨੂੰ ਦਫ਼ ਤੇ ਜ਼ਿਕਰ ਨਾ ਸਕੂਨ ਜਿਆ ਨਹੀਂ ਮਿਲਦਾ ਹੁਣ ਉਹਨਾਂ ਦਾ ਇਸ ਚੀਜ਼ ਤੋਂ ਬਗੈਰ ਗੁਜ਼ਾਰਾ ਹੀ ਨਹੀਂ ਹੁੰਦਾ ਹਮੇਸ਼ਾ ਤੁਸੀਂ ਇੱਕ ਮਿਸਾਲ ਸੁਣੋ ਨਹੀਂ ਘਰ ਦੀ ਮੁਰਗੀ ਦਾਲ ਬਰਾਬਰ ਜੀ ਜੀ ਲੇਕਿਨ ਅਲ ਹਮਦੁਲਿਲਾ ਅੱਲਾ ਦੇ ਫਜ਼ਲੁਲ ਕਰਮ ਨਾਲ ਮੈਂ ਆਵਾਹ ਸੁਨਾਖਾਨ ਜਿਹੜਾ ਇਹ ਨਹੀਂ ਬਣਿਆ ਉਸ ਤਕਸੀਮ ਕੀਤਾ ਫਿਰ ਮੇਰੀ ਉਹ ਸੈਫੀਨਾਦ ਅਕੈਡਮੀ ਦੇਖ ਕੇ ਵੀ ਮਤਲਬ ਬਹੁਤ ਸਾਰੇ ਲੋਕਾਂ ਨੇ ਕੈਡ ਵੀ ਬਣਾਈ ਹੋਰ ਅੱਛੀ ਗੱਲ ਹੈ ਅੱਛੇ ਕੰਮ ਦੀ ਕਾਪੀ ਕਰਨੀ ਚਾਹੀਦੀ ਹੈ ਬਿਲਕੁਲ ਕਈ ਬੰਦੇ ਤੇ ਐਸੇ ਨੇ ਕਿ ਆਪਣੇ ਉਸਤਾਦ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦੇ ਇਸੇ ਤਰ੍ਹਾਂ ਅਗਰ ਅਸੀਂ ਪਾਕਿਸਤਾਨਗਲੇ ਵਿੱਚ ਆ ਜਾਈਏ ਤਾਂ ਸੰਗਲੇ ਜਿੰਨੀ ਵੀ ਮਰਕਜ਼ੀ ਮਹਿਫਲਾਂ ਨੇ ਜਿੰਨੀਆਂ ਵੀ ਮਰਕਜ਼ੀ ਮਹਿਫਲਾਂ ਨੇ ਹਰ ਇੱਕ ਮਰਕਜ਼ੀ ਮਹਿਫਲ ਵਿੱਚ ਤੁਹਾਡਾ ਫਿਰ ਨਾਮ ਉਂਜੀ ਦੇਖੀਦਾ ਹੈਗਾ ਵੇ ਤੁਸੀਂ ਦੋਨਾਂ ਨੂੰ ਸੰਗਲੇ ਨੂੰ ਤੇ ਦੋਵਾਂ ਨੂੰ ਬਰਾਬਰ ਰੱਖਿਆ ਹੋਇਆ ਵੇ ਮਰਕਜ਼ੀ ਮਹਿਫਲਾਂ ਤੱਕ ਤੁਹਾਂ ਜੀ ਰਸਾਈ ਹਾਸਲ ਕੀਤੀ ਹੈਗੀ ਔਰ ਮੁਸਲਸਲ ਕਈ ਸਾਲਾਂ ਤੋਂ ਚੱਲਦੇ ਆ ਰਹੇ ਜੇ ਕੀ ਰਾਤ ਵਿੱਚ